ਹਸ ਤ ਖੇਲ ਤ ਤੇਰੇ ਦੇਹਰੇ ਆਇਆ ਅਗਲਾ ਪ੍ਰਸੰਗ ਬਹੁਤ ਲੰਮੇ ਸਮੇਂ ਤੋਂ ਅਖਬਾਰਾਂ ਵਿੱਚ ਚਰਚਾ ਚੱਲਦੀ ਆ ਰਹੀ ਹੈ ਕਿ ਸਿੱਖਾਂ ਵਿੱਚ ਗੁਰੂ ਜੀ ਨੇ ਪੁਜਾਰੀ ਪੁਣਾ ਸ਼ਾਮਲ ਨਹੀਂ ਕੀਤਾ ਇਸ ਮਾਮਲੇ 'ਚ ਸਪੋਕਸਮੈਨ ਅਖਬਾਰ ਦੇ ਸਰਦਾਰ ਜਗENDER ਸਿੰਘ ਨੇ ਬਹੁਤ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ ਹੈ ਤੇ ਜਥੇਦਾਰਾਂ ਦੀਆਂ ਜੜਾਂ ਹਿਲਾ ਕੇ ਉਹਨਾਂ ਨੇ ਰੱਖ ਦਿੱਤੀਆਂ ਨੇ ਕਿ ਸਿੱਖਾਂ ਦੇ ਵਿੱਚ ਗੁਰੂ ਸਾਹਿਬ ਨੇ ਕੋਈ ਪੁਜਾਰੀ ਪਣਾ ਸ਼ਾਮਲ ਹੀ ਨਹੀਂ ਕੀਤਾ ਇੱਥੇ ਪੁਜਾਰੀਆਂ ਨੂੰ ਕੋਈ ਥਾਂ ਨਹੀਂ ਹੈ ਇੱਥੇ ਸਾਰੇ ਭਾਈ ਭਾਈ ਨੇ ਇਕਸਾਰ ਸਾਰੇ ਬਰਾਬਰ ਨਾ ਕੋਈ ਵੱਡਾ ਨਾ ਕੋਈ ਛੋਟਾ ਉੰਜ ਕਹਿਣ ਮਾਤਰ ਨੂੰ ਇੱਥੇ ਸੰਗਤਾਂ ਵੀ ਲੱਗਦੀਆਂ ਨੇ ਭਾਵ ਕੇ ਇਕਸਾਰ ਸੰਗਤ ਬੈਠਦੀ ਹੈ ਤੇ ਇੱਥੇ ਲੰਗਰ ਵੀ ਇਕਸਾਰ ਪੰਗਤਾਂ ਵਿੱਚ ਬੈਠ ਕੇ ਛਕਾਇਆ ਜਾਂਦਾ ਹੈ ਇਥੇ ਸਰੋਵਰਾਂ ਚ ਨਹਾਉਣ ਦੀ ਵੀ ਸਾਰਿਆਂ ਨੂੰ ਇਜਾਜ਼ਤ ਹੈ ਅਜਿਹਾ ਬਹੁਤ ਕੁਝ ਆਖਿਆ ਜਾਂਦਾ ਪਰ ਇਹ ਸੱਚ ਨਹੀਂ ਹੈ ਇਥੇ ਬਰਾਬਰਤਾ ਅਜੇ ਤੱਕ ਨਹੀਂ ਆਈ ਭਾਵੇਂ ਗੁਰਬਾਣੀ ਪੁਕਾਰ-ਪੁਕਾਰ ਕੇ ਜਗਾ ਰਹੀ ਹੈ ਕਿ ਇਥੇ ਨਾ ਕੋਈ ਜਾਤ ਕਰਕੇ ਵੱਡਾ ਹੈ ਨਾ ਕਿਸੇ ਰੁਤਬੇ ਕਾਰਨ ਵੱਖਰਾ ਹੈ ਗੱਲਾਂ-ਬਾਤਾਂ ਵਿੱਚ ਜਾਤਾਂ ਨੂੰ ਰੱਦ ਕਰੀ ਜਾਂਦੇ ਹਨ ਪਰ ਸਿੱਖਾਂ ਦੇ ਘਰ ਵਿੱਚ ਜਾਤ ਪਾਤ ਇਸੇ ਤਰ੍ਹਾਂ ਕਾਇਮ ਹੈ ਗੁਰਦੁਆਰਿਆਂ ਵਿੱਚ ਜਾਤ ਪਾਤ ਕਾਇਮ ਹੈ ਇਸੇ ਕਰਕੇ ਗੁਰਦੁਆਰੇ ਜਾਤਾਂ ਤੇ ਆਧਾਰਿਤ ਵੱਖੋ ਵੱਖਰੇ ਬਣ ਚੁੱਕੇ ਹੋਏ ਨੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਅਖੌਤੀ ਨੀਵੀਂ ਜਾਤ ਵਾਲੇ ਲੋਕਾਂ ਨੂੰ ਲੰਗਰ ਵੱਖ ਬਿਠਾ ਕੇ ਦਿੱਤਾ ਜਾਂਦਾ ਹੈ ਉਹ ਭਾਂਡੇ ਵੀ ਆਪਣੇ ਕਈ ਵਾਰੀ ਘਰਾਂ ਚੋਂ ਲੈ ਕੇ ਆਉਂਦੇ ਨੇ ਤੇ ਉਹਨਾਂ ਦਾ ਸਾਰਿਆਂ ਦੇ ਸਾਹਮਣੇ ਪੁੱਜ ਕੇ અપਮਾਨ ਕੀਤਾ ਜਾਂਦਾ ਹੈ ਪੋਚੋ ਮੰਡੀ ਸਾਧਾਂ ਦਾ ਇੱਕ ਡੇਰਾ ਹੈ ਉਥੇ ਕਿੰਨੀ ਵਾਰ ਰੌਲਾ ਪੈ ਚੁੱਕਿਆ ਹੈ ਗੱਲ ਅਕਾਲ ਤਖ ਤੱਕ ਪੁੱਜ ਚੁੱਕੀ ਹੈ ਜਥੇਦਾਰ ਕੁਝ ਨਹੀਂ ਕਰ ਸਕਿਆ ਉਥੇ ਨੀਵੀਂ ਜਾਤ ਵਾਲੇ ਆਖੇ ਜਾਂਦੇ ਲੋਕਾਂ ਨੂੰ ਵੱਖਰੇ ਦੂਰ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ ਗੱਲ ਪੁਲਿਸ ਤੱਕ ਵੀ ਪਹੁੰਚ ਗਈ ਪੁਲਿਸ ਵਾਲਿਆਂ ਨੇ ਵੀ ਕੁਝ ਨਹੀਂ ਕੀਤਾ ਕਿਉਂਕਿ ਉਦੋਂ ਬਾਦਲ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਰਾਜ ਚੱਲ ਰਿਹਾ ਸੀ ਇਸ ਦਾ ਮਤਲਬ ਤਾਂ ਇਹੀ ਨਿਕਲਦਾ ਹੈ ਕਿ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਵਾਲੇ ਸਾਧ ਜਥੇਦਾਰ ਤੇ ਪੀ ਨਾਬਰ ਨੇ ਤਾਕਤਵਰ ਨੇ ਸਰਕਾਰ ਤੋਂ ਵੀ ਉਹ ਬਾਗੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ਾਂ ਤੋਂ ਵੀ ਪੂਰੀ ਤਰ੍ਹਾਂ ਬਾਗੀ ਨੇ ਭਾਰਤ ਦੇ ਸੰਵਿਧਾਨ ਦੇ ਵੀ ਉਹ ਵਿਰੁੱਧ ਚੱਲ ਰਹੇ ਨੇ ਤੇ ਕੋਈ ਰੋਕਣ ਵਾਲਾ ਨਹੀਂ ਹੈ ਅੱਜ ਤੱਕ ਵੀ ਪੁੱਚੋ ਮੰਡੀ ਦੇ ਉਸ ਡੇਰੇ ਦੇ ਵਿੱਚ ਜਾਤ ਪਾਤੀ ਢੰਗ ਦੇ ਨਾਲ ਵੱਖੋ ਵੱਖਰੇ ਲੰਗਰ ਚਕਾਏ ਜਾਂਦੇ ਨੇ ਨੀਵੀਂ ਜਾਤ ਦੇ ਭੈਣਾ ਭਰਾਵਾਂ ਨੂੰ ਵੱਖਰੇ ਬਿਠਾਇਆ ਜਾਂਦਾ ਹੈ। ਗਹਿਰਾਈ ਨਾਲ ਪਰਖ ਕਰਨ ਤੇ ਪਤਾ ਲੱਗਦਾ ਹੈ ਜਥੇਦਾਰ ਦਾ ਅਹੁਦਾ ਹੀ ਕੋਈ ਨਹੀਂ ਹੈ। ਸਿੱਖ ਰਹਿਤ ਮਰਿਆਦਾ ਵਿੱਚ ਗੁਰਦੁਆਰਾ ਐਕਟ ਵਿੱਚ ਜਥੇਦਾਰ ਦਾ ਕੋਈ ਜ਼ਿਕਰ ਨਹੀਂ ਹੈ। ਉਥੇ ਜੋ ਗੁਰਦੁਆਰਾ ਐਕਟ ਹੈ ਉਥੇ ਪ੍ਰਿਸ਼ਟ ਅਤੇ ਹੈੱਡ ਪ੍ਰਿਸ਼ਟ ਲਿਖਿਆ ਹੋਇਆ ਹੈ। ਭਾਵ ਕੇ ਪੁਜਾਰੀ ਅਤੇ ਮੁੱਖ ਪੁਜਾਰੀ ਤੇ ਜਥੇਦਾਰ ਨੂੰ ਗੁਰਦੁਆਰਾ ਐਕਟ ਦੇ ਮੁਤਾਬਕ ਪੁਜਾਰੀ ਜਾਂ ਵੱਡਾ ਪੁਜਾਰੀ ਕਰਕੇ ਲਿਖਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਨੇ ਕੋਈ ਮਤਾ ਪਾਸ ਕਰਕੇ ਜਥੇਦਾਰ ਲਾਉਣ ਦਾ ਫੈਸਲਾ ਲਿਆ ਹੋਵੇ ਅਜਿਹਕਾ ਤੇ ਨਹੀਂ ਹੈ। ਜਥੇਦਾਰ ਦੀ ਪੋਸਟ ਕੋਈ ਨਹੀਂ ਪਰ ਤਨਖਾਹਦਾਰ ਮੁਲਾਜ਼ਮ ਇਹ ਜ਼ਰੂਰ ਹੈ। ਬਿਨਾਂ ਕਿਸੇ ਜ਼ਿੰਮੇਵਾਰੀ ਤੋਂ ਲੱਖਾਂ ਰੁਪਏ ਜਥੇਦਾਰ ਬਣ ਕੇ ਹਰ ਸਾਲ ਤਨਖਾਹ ਦੇ ਰੂਪ ਵਿੱਚ ਉਡਾ ਲਿਆ ਜਾਂਦਾ ਉਡਾਕੇ ਲੈ ਜਾਂਦਾ ਹੈ ਗੱਡੀਆਂ ਦੇ ਖਰਚੇ ਵੱਖਰੇ ਬਾਡੀਗਾਰਡਾਂ ਦੀ ਤਨਖਾਹ ਵੱਖਰੀ ਕੋਠੀ ਅਤੇ ਹੋਰ ਸਹੂਲਤਾਂ ਵਾਧੂ ਇਹਨਾਂ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੀਆਂ ਹੋਈਆਂ ਨੇ ਆਮ ਲੋਕਾਂ ਨੂੰ ਜਥੇਦਾਰ ਦੀ ਸ਼ਕਤੀ ਬਿਆਨ ਕਰਕੇ ਡਰਾਇਆ ਜਾਂਦਾ ਹੈ ਵੈਸੇ ਜਥੇਦਾਰਾਂ ਨੂੰ ਰਾਜਨੀਤਿਕ ਲੋਕ ਲਾਉਂਦੇ ਨੇ ਜਦੋਂ ਦਿਲ ਕਰੇ ਤਾਂ ਘਰ ਦਾ ਰਸਤਾ ਵਿਖਾ ਦਿੰਦੇ ਨੇ ਕੰਨੋਂ ਪਕੜ ਕੇ ਜਥੇਦਾਰੀ ਤੋਂ ਉਤਾਰ ਦਿੰਦੇ ਨੇ ਸੋਚ ਕੇ ਵੇਖੋ ਵੱਡਾ ਜਥੇਦਾਰ ਹੈ ਜਾਂ ਰਾਜਸੀ ਆਗੂ ਪ੍ਰਕਾਸ਼ ਸਿੰਘ ਬਾਦਲ ਬਾਦਲ ਵਿਰੋਧੀ ਸਿੱਖਾਂ ਵਿਰੁੱਧ ਝਟਪਟ ਹੁਕਮਨਾਮੇ ਜਾਰੀ ਹੋ ਜਾਂਦੇ ਨੇ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਬਾਦਲ ਅਤੇ ਉਸ ਦੀ ਪਾਰਟੀ ਵਾਲੇ ਭਾਵੇਂ ਜੋ ਮਰਜ਼ੀ ਮਨਾਈਆਂ ਕਰਦੇ ਜਾਣ ਜਥੇਦਾਰਾਂ ਨੂੰ ਇਹ ਕਦੀ ਵੀ ਬੁਰਾ ਕੰਮ ਕਰਦੇ ਨਜ਼ਰ ਹੀ ਨਹੀਂ ਆਉਂਦੇ ਰਾਜਨੀਤਿਕ ਲੋਕਾਂ ਬਾਰੇ ਅਖਬਾਰਾਂ ਵਿੱਚ ਨਿਤ ਦਿਨ ਕਿੰਨਾ ਕੁਝ ਸ਼ਬਦਾ ਰਹਿੰਦਾ ਹੈ ਜਥੇਦਾਰ ਕੋਈ ਕਾਰਵਾਈ ਨਹੀਂ ਕਰਦੇ ਬਾਦਲ ਵਿਰੋਧੀ ਬੰਦਾ ਭਾਵੇਂ ਕੋਈ ਗਲਤੀ ਹੀ ਨਾ ਕਰੇ ਤਾਂ ਵੀ ਵੱਡੀ ਸਜ਼ਾ ਦੇ ਦਿੱਤੀ ਜਾਂਦੀ ਹੈ ਅਸਲ ਵਿੱਚ ਇਹ ਜਥੇਦਾਰ ਤਾਂ ਨਾ ਤਾਂ ਪੰਥ ਦੇ ਰਾਖੇ ਹਨ ਨਾ ਗੁਰਬਾਣੀ ਦੇ ਰਾਖੇ ਹਨ ਬਸ ਇਹ ਤਾਂ ਬਾਦਲ ਪਰਿਵਾਰ ਦੇ ਵਫਾਦਾਰ ਹਨ ਇਹ ਉਸੇ ਪਰਿਵਾਰ ਦੇ ਰਾਖੇ ਬਣੇ ਹੋਏ ਹਨ ਇੱਕ ਵਾਰੀ ਸ਼੍ਰੋਮਣੀ ਕਮੇਟੀ ਦਾ ਅੰਮ੍ਰਿਤਸਰ ਵਿਖੇ ਸਾਲਾਨਾ ਇਜਲਾਸ ਚੱਲ ਰਿਹਾ ਸੀ ਕਿਸੇ ਕਮੇਟੀ ਮੈਂਬਰ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ ਸਾਰਾ ਕੁਝ ਪਹਿਲਾਂ ਹੀ ਲਿਖ ਕੇ ਰੱਖਿਆ ਹੋਇਆ ਸੀ ਲੋੜ ਪੈਣ ਤੇ ਮੈਂਬਰਾਂ ਨੇ ਕੇਵਲ ਜਕਾਰਾ ਛੱਡਣਾ ਸੀ ਪਿੱਛੇ ਬੈਠਾ ਇੱਕ ਸੱਜਣ ਬੋਲਿਆ ਓਏ ਭਾਈ ਜਕਾਰਾ ਵੀ ਵਿચ્ਚੇ ਲਿਖ ਲਿਆ ਕਰੋ ਦੂਜਾ ਕਹਿਣ ਲੱਗਿਆ ਉਹ ਨਹੀਂ ਭਾਈ ਜਕਾਰਾ ਚੰਡੀਗੜ੍ਹ ਤੋਂ ਆਉਂਦਾ ਹੈ ਟੈਲੀਫੋਨ ਤੇ ਹੀ ਜਕਾਰਾ ਛੜਵਾ ਦਿਆ ਕਰੋ ਤੀਜਾ ਬੰਦਾ ਆਖਣ ਲੱਗਿਆ ਉਹ ਵੇਖੋ ਜਥੇਦਾਰ ਜੀ ਲਫਾਫੇ ਵਿੱਚੋਂ ਨਿਕਲਦਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਲਫਾਫੇ ਵਿੱਚੋਂ ਨਿਕਲਦਾ ਹੈ ਰਹੀ ਗੱਲ ਜਕਾਰੇ ਦੀ ਇਸ ਨੂੰ ਟੇਪ ਰਿਕਾਰਡ ਕਰਵਾ ਕੇ ਰੱਖ ਲਿਆ ਕਰੋ ਇੱਕ ਦੋ ਨਹੀਂ ਜਿੰਨੇ ਮਰਜ਼ੀ ਜਕਾਰੇ ਰਿਕਾਰਡ ਕਰਵਾ ਲਈ ਜਾਣ ਜਦੋਂ ਲੋੜ ਪਵੇ ਟੇਪ ਰਿਕਾਰਡ ਦਾ ਬਟਨ ਬਟਨ ਦੱਬ ਕੇ ਜਿੰਨੇ ਮਰਜ਼ੀ ਜਕਾਰੇ ਛੜਵਾ ਲਈ ਜਾਣ ਇਜਲਾਸ ਵਿੱਚ ਬੈਠੇ ਮੈਂਬਰ ਤਾਂ ਰਿਮੋਟ ਨਾਲ ਚੱਲਣ ਵਾਲੇ ਖੜਾਉਣੇ ਹਨ ਇਹ ਹੈ ਬੱਬਰ ਸ਼ੇਰਾਂ ਦੀ ਸ਼੍ਰੋਮਣੀ ਜਾਨੀ ਕਿ ਜਿਹਨੂੰ ਉੱਤਮ ਸ਼੍ਰੋਮਣੀ ਮੈਨੇ ਉੱਤਮ ਇਹ ਹੈ ਆਖੀ ਜਾਂਦੀ ਬੱਬਰ ਸ਼ੇਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦਾ ਜਥੇਦਾਰ ਹੁਣ ਤਾਂ ਜਥੇਦਾਰਾਂ ਨੂੰ ਵੀ ਆਪਾਂ ਦੇਖ ਲਿਆ ਕਿ ਕੱਖੋਂ ਹੌਲੇ ਹੋ ਚੁੱਕੇ ਹੋਏ ਨੇ ਪਰ ਅਜੇ ਵੀ ਅੜੀ ਕਰਕੇ ਵੱਡੀਆਂ ਤਨਖਾਹਾਂ ਲੈਣ ਵਾਸਤੇ ਸੁੱਖ ਸਹੂਲਤਾ ਮਾਣ ਵਾਸਤੇ ਅਜੇ ਵੀ ਉੱਥੇ ਅੜੇ ਬੈਠੇ ਨੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਅਜੇ ਬਦਲਿਆ ਨਹੀਂ ਹੈ ਜਦੋਂ ਇਹ ਪ੍ਰਬੰਧ ਬਦਲੇਗਾ ਸੰਗਤਾਂ ਜਾਗਰੂਕ ਜਾਗਰੂਕ ਹੋਣਗੀਆਂ ਤਾਂ ਹੀ ਕੋਈ ਸੁਧਾਰ ਹੋਣ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ ਵਰਨਾ ਇਹ ਵੱਡੇ ਵੱਡੇ ਪੁਜਾਰੀ ਸਿੱਖਾਂ ਦੇ ਸਿਰਾਂ ਤੇ ਬੈਠੇ ਹੋਏ ਅੱਜ ਵੀ ਆਪਣਾ ਰੋਪ ਜਮਾ ਰਹੇ ਨੇ ਜੋ ਕਿ ਸਿੱਖ ਧਰਮ ਦੇ ਮੁਢਲੇ ਅਸੂਲਾਂ ਦੇ ਹੀ ਉਲਟ ਹੈ ਕਿਉਂਕਿ ਇੱਥੇ ਸਾਰੇ ਅਸੀਂ ਭਾਈ ਭਾਈ ਆ ਕੋਈ ਸਿੰਘ ਸਾਹਿਬ ਨਹੀਂ ਹੈ ਕੋਈ ਇੱਥੇ ਜਥੇਦਾਰ ਨਹੀਂ ਹੈ ਜਥੇਦਾਰ ਉਦੋਂ ਹੁੰਦੇ ਸੀ ਜਦੋਂ ਉਹਨਾਂ ਕੋਲੇ ਵੱਡਾ ਜਥਾ ਹੁੰਦਾ ਸੀ ਭਾਵ ਆਪਣੇ ਜਥੇ ਦਾ ਮੁਖੀ ਜਥੇਦਾਰ ਹੋਇਆ ਕਰਦਾ ਸੀ ਇਹ ਪੁਜਾਰੀ ਤਬਕੇ ਨੂੰ ਕਦੇ ਜਥੇਦਾਰ ਨਹੀਂ ਕਹਿਣਾ ਬਣਦਾ ਕਿਉਂਕਿ ਇਹਨਾਂ ਨੇ ਪੰਥ ਦੇ ਭਲੇ ਵਾਸਤੇ ਕੋਈ ਕੰਮ ਵੀ ਅਜ ਤੱਕ ਨਹੀਂ ਕੀਤਾ ਆਖੋ ਸਤਨਾਮ